ਦੋਸਤੋ YouTube ਤੇ ਪੈਸੇ ਕਿਵੇਂ ਕਮਾਉਣਾ ਹੈ ਤੇ ਫ੍ਰੀ ਆਫ ਕੋਸਟ ਚੈਨਲ ਕਿਵੇਂ ਬਣਾਉਣਾ ਇਸ ਦੀ ਵੀਡੀਓ ਮੈਂ ਪਹਿਲਾਂ ਹੀ ਆਪਣੇ ਚੈਨਲ ਉੱਪਰ ਪਾ ਚੁੱਕਿਆ ਹਾਂ। ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਉਹ ਵੀਡੀਓਜ਼ ਦੇਖ ਸਕਦੇ ਹੋ। ਤਾਂ ਦੋਸਤੋ ਆਪਾਂ ਚੈਨਲ ਬਣਾ ਤਾਂ ਲੈਨੇ YouTube ਤੇ, ਪਰ ਕੁਝ ਸਵਾਲ ਹੁੰਦੇ ਨੇ ਆਪਣੇ ਮਨ ਵਿੱਚ ਜੋ ਕਲੀਅਰ ਨਹੀਂ ਹੁੰਦੇ, ਤੇ ਅੱਜ ਉਹਨਾਂ ਸਵਾਲਾਂ ਨੂੰ ਕਲੀਅਰ ਕਰੂੰਗਾ ਦੋਸਤੋ। ਤੇ ਕੋਈ ਵੀ ਸਵਾਲ ਤੁਹਾਡੇ ਮਨ ਵਿੱਚ ਹੈ ਤਾਂ ਕਮੈਂਟ ਕਰੋ, ਮੈਂ ਉਸਦਾ ਆਂਸਰ ਜ਼ਰੂਰ ਕਰੂੰਗਾ। ਤੇ ਅੱਜ ਦਾ ਜੋ ਟੋਪਿਕ ਆਪਾਂ ਵੀਡੀਓਜ਼ ਅਪਲੋਡ ਕਰਨ ਤੋਂ ਬਾਅਦ ਵੀਡੀਓਜ਼ ਕਿਵੇਂ ਆਪਣੀ ਜੋ ਇਨਕਮ ਕ੍ਰੀਏਟ ਕਰਦੀ ਹੈ ਜਾਂ ਕਮਾਈ ਕਰਦੀ ਹੈ। ਅਤੇ ਪਹਿਲੇ ਸਵਾਲ ਦੀ ਗੱਲ ਕਰੀਏ ਤਾਂ ਅਪਲੋਡ ਵੀਡੀਓ ਤੋਂ ਬਾਅਦ ਵੀ ਵੀਡੀਓ ਆਪਣੀ ਕਿਵੇਂ ਪੈਸੇ ਦੀ ਕਮਾਈ ਕੀਤੀ ਜਾਂਦੀ ਹੈ। ਅਤੇ ਦੋਸਤੋ ਪਹਿਲਾਂ ਗੱਲ ਮੈਂ ਕਲੀਅਰ ਕਰਦਾ, ਯੂਟਿਊਬ ਉੱਪਰ ਜੇ ਆਪਾਂ ਵੀਡੀਓ ਪਾਉਂਦੇ ਹਾਂ ਤਾਂ ਨਾ ਤਾਂ ਲਾਈਕ ਦਾ ਕੋਈ ਪੈਸਾ ਮਿਲਦਾ ਅਤੇ ਨਾ ਕਮੈਂਟ ਦਾ ਕੋਈ ਪੈਸਾ ਮਿਲਦਾ, ਨਾ ਡਿਸਲਾਈਕ ਦਾ ਪੈਸਾ ਮਿਲਦਾ। ਦੋਸਤੋ ਯੂਟਿਊਬ 'ਤੇ ਜਦੋਂ ਵੀਡੀਓ ਪੈ ਜੇ ਤਾਂ ਉਸ 'ਤੇ ਜਿੰਨੇ ਵਿਊ ਆਉਂਦੇ ਆ ਉਸਦੀ ਉਸ ਥਰੂ ਆਪਾਂ ਨੂੰ ਇਨਕਮ ਹੁੰਦੀ ਹੈ। ਅਤੇ ਵਿਊ ਵੀ ਉਦੋਂ ਇਨਕਮ ਹੁੰਦੀ ਆ ਜਦੋਂ ਜਿਵੇਂ ਮੈਂ ਤੁਹਾਡੀ ਵੀਡੀਓ ਦੇਖੀ ਜਾਂਦਾ, ਮਤਲਬ 2 ਮਿੰਟ ਦੀ ਤੁਸੀਂ ਵੀਡੀਓ ਬਣਾਈ ਹੈ ਅਤੇ ਮੈਂ ਤੁਹਾਡੀ ਵੀਡੀਓ ਦੇਖੀ ਜਾਂਦਾ ਅਤੇ ਮੈਂ ਪੂਰੇ 2 ਮਿੰਟ ਵੀਡੀਓ ਦੇਖੀ ਹੈ ਤਾਂ ਉਹ ਜੋ ਟਾਈਮ ਹੁੰਦਾ ਵਾਚ ਮਿਨਟ, ਜਿਵੇਂ ਮੈਂ ਪੂਰੀ 2 ਮਿੰਟ ਵੀਡੀਓ ਦੇਖ ਲਈ, ਉਹ ਤੁਹਾਡੇ ਅਕਾਊਂਟ ਵਿੱਚ ਜੁੜਦਾ ਹੈ। ਅਤੇ ਇਹਨਾਂ ਦੀ ਐਲਗੋਰੀਥਮ ਮੈਂ ਜੋ ਟਰਮ ਐਂਡ ਕੰਡੀਸ਼ਨ ਰੱਖੀ ਹੋਈ ਹੈ, 1000 ਆਪਣੇ ਕੋਲ ਸਬਸਕ੍ਰਾਈਬਰ ਹੋਣੇ ਚਾਹੀਦੇ ਨੇ ਅਤੇ 4000 ਘੰਟੇ ਵਾਚ ਮਿਨਟ ਦਾ ਟਾਈਮ ਹੋਣਾ ਚਾਹੀਦਾ। ਓਕੇ ਦੋਸਤੋ, ਅਤੇ ਇਹ 1000 ਸਬਸਕ੍ਰਾਈਬਰ ਹੋਣ ਤੋਂ ਬਾਅਦ ਅਤੇ ਜੋ ਟਾਈਮ ਆਪਾਂ ਵੀਡੀਓ ਤੋਂ ਕਲੈਕਟ ਕਰਦੇ, ਸਾਰੀ ਵੀਡੀਓ ਦਾ ਟਾਈਮ, ਜਿਵੇਂ ਮੰਨ ਲਓ ਤੁਸੀਂ 50 ਵੀਡੀਓ ਪਾਈ ਹੋਈ ਹੈ ਚੈਨਲ ਉੱਪਰ ਅਤੇ ਸਾਰੀ 2-2 ਮਿੰਟਾਂ ਦੀ ਵੀਡੀਓ ਹੈ ਅਤੇ ਸਾਰੇ ਜੇ 2-2 ਮਿੰਟ ਦੇਖਦੇ ਤਾਂ ਇਹਨਾਂ ਦਾ ਸਾਰਾ ਕਿੰਨਾ ਟਾਈਮ ਬਣਦਾ ਉਹ ਸਾਰਾ ਜੁੜਦਾ ਅਤੇ ਉਸ ਟਾਈਮ ਥਰੂ ਹੀ ਆਪਾਂ ਨੂੰ ਇਨਕਮ ਸਟਾਰਟ ਹੁੰਦੀ ਹੈ। ਤਾਂ ਹੁਣ ਜੇ ਤੁਸੀਂ ਵੀਡੀਓ ਬਣਾਓ ਤਾਂ ਆਪਣੇ ਕੰਟੈਕਟ, ਜੋ ਵੀ ਵੀਡੀਓ ਦਾ ਕੰਟੈਂਟ ਹੁੰਦਾ ਉਸ 'ਤੇ ਆਪਣਾ ਫੋਕਸ ਕਰੋ, ਬੜੀਆ ਕੰਟੈਂਟ ਬਣਾਓ ਤਾਂ ਜੋ ਲੋਕ ਦੇਖਣ ਵੀਡੀਓ ਅਤੇ ਸਕਿੱਪ ਨਾ ਕਰਨ। ਓਕੇ ਦੋਸਤੋ, ਅਤੇ ਦੂਜਾ ਸਵਾਲ ਆਪਣਾ, ਜੇ ਕਈਆਂ ਦੇ ਮਨ ਵਿੱਚ ਹੁੰਦਾ ਕਿ ਆਪਾਂ ਯੂਟਿਊਬ ਤੋਂ ਪੈਸਾ ਕਿਵੇਂ ਪ੍ਰਾਪਤ ਕਰਦੇ ਹਾਂ, ਵੀ ਪੈਸਾ ਜੇ ਯੂਟਿਊਬ 'ਤੇ ਆਪਣੀ ਵੀਡੀਓ ਚੱਲ ਪਈ ਅਤੇ ਉਹ ਵੀਡੀਓ 'ਤੇ ਇਨਕਮ ਵੀ ਹੋਣਾ ਸਟਾਰਟ ਹੋ ਗਈ ਤਾਂ ਆਪਾਂ ਹੁਣ ਲੈਵਾਂਗੇ ਕਿਵੇਂ ਉਹਨਾਂ ਤੋਂ ਪੈਸੇ। ਅਤੇ ਦੋਸਤੋ ਸਭ ਤੋਂ ਪਹਿਲਾਂ ਜਦੋਂ ਮੋਨੇਟਾਈਜ਼ ਹੁੰਦਾ ਚੈਨਲ ਅਤੇ ਆਪਣੇ ਅਕਾਊਂਟ ਦੀ ਪੂਰੀ ਜਾਣਕਾਰੀ ਇਹ ਗੂਗਲ ਦੁਆਰਾ ਮੰਗੀ ਜਾਂਦੀ ਹੈ ਅਤੇ ਬਿਲਕੁਲ ਸਿਕਿਓਰ ਜੋ ਮੇਲ ਆਉਂਦਾ ਹੈ ਅਤੇ ਪੂਰੀ ਪਾਸਪੋਰਟ ਪ੍ਰੋਟੈਕਟ ਜੋ ਕਹਿ ਲਓ ਕਿ ਪੂਰੀ ਤਸੱਲੀ ਬਖਸ਼ ਇਹਨਾਂ ਦੀ ਜੋ ਪ੍ਰਕਿਰਿਆ ਹੁੰਦੀ ਹੈ ਅਕਾਊਂਟ ਐਡ ਕਰਾਉਣ ਦੀ, ਅਤੇ ਉਹ ਪ੍ਰਕਿਰਿਆ ਹੁੰਦੀ ਹੈ। ਉਸ ਤੋਂ ਬਾਅਦ ਡਾਕਖਾਨੇ ਦੁਆਰਾ ਆਪਣੇ ਘਰ ਇੱਕ OTP ਹੁੰਦਾ ਹੈ ਜੋ ਆਪਣੇ ਆਪਾਂ ਮੇਲ ਆਈ ਡੀ ਵਿੱਚ ਭਰਨੀ ਹੁੰਦੀ ਹੈ ਅਤੇ ਯੂਟਿਊਬ ਨੂੰ ਸੈਂਡ ਕਰਨੀ ਹੁੰਦੀ ਹੈ। ਜੇ ਆਪਾਂ ਨੂੰ ਘਰ ਆਪਾਂ ਨਾ ਮਿਲੀਏ ਤਾਂ OTP ਆਪਾਂ ਨੂੰ ਨਾ ਮਿਲੇ ਘਰ, ਤਾਂ ਇਹਨਾਂ ਦੀ ਇੱਕ ਆਫੀਸ਼ਲ ਸਾਈਟ ਵੀ ਹੁੰਦੀ ਹੈ ਅਤੇ ਜਿੱਥੇ ਆਪਾਂ OPT ਉੱਥੋਂ ਇਹਨਾਂ ਤੋਂ ਮੰਗ ਕੇ ਫਿਲ ਕਰ ਸਕਦੇ ਹਾਂ। ਓਕੇ ਦੋਸਤੋ, ਸਿੰਪਲ ਜਿਹਾ ਪ੍ਰੋਸੈਸ ਹੈ। ਜਦੋਂ ਆਪਣੀ ਵੀਡੀਓ 'ਤੇ ਇਨਕਮ ਹੋਣੀ ਸਟਾਰਟ ਹੋ ਜਾਂਦੀ ਹੈ ਉਸ ਤੋਂ ਆਪਣੇ ਅਕਾਊਂਟ ਵਿੱਚ $100 ਨਹੀਂ ਹੁੰਦੇ, ਉਸ ਤੋਂ ਪਹਿਲਾਂ ਆਪਾਂ ਇਸ ਨੂੰ ਵਿਡਰੋਲ ਨਹੀਂ ਕਰਵਾ ਸਕਦੇ, ਮਤਲਬ ਕਢਵਾ ਨਹੀਂ ਸਕਦੇ ਇਹਨਾਂ ਪੈਸੇ ਨੂੰ। ਜਿਵੇਂ ਹੀ $100 ਤੋਂ ਉੱਪਰ ਆਪਣੇ ਡੋਲਰ ਹੋ ਜਾਂਦੇ ਨੇ ਉਸ ਤੋਂ ਬਾਅਦ ਆਪਾਂ ਜਿਵੇਂ ਮਰਜ਼ੀ ਇਹਨਾਂ $100 ਨੂੰ ਵੀ ਕਢਵਾ ਸਕਦੇ। ਓਕੇ ਦੋਸਤੋ, ਸਿੰਪਲ ਜਿਹਾ ਪ੍ਰੋਸੈਸ ਹੈ ਇਹਨੂੰ ਮਤਲਬ ਕਿ ਕਢਾਉਣ ਦਾ, ਅਤੇ ਕੋਈ ਜ਼ਿਆਦਾ ਡਿਫੀਕਲਟ ਵਾਲੀ, ਜਿਹੜੀ ਵੀ ਲੋਕਲ ਬੈਂਕ ਤੁਹਾਡਾ ਖੁੱਲ੍ਹਿਆ ਹੋਇਆ ਖਾਤਾ ਹੈ ਉਹ ਆਪਣਾ ਖਾਤਾ ਭਰੋ ਇਹਨਾਂ ਦੀ ਗੂਗਲ ਐਡਸਨ ਵਿੱਚ, ਅਤੇ ਤੁਹਾਡੀ ਸਿੱਧੀ ਉਹਦੇ ਵਿੱਚ ਇਨਕਮ ਆਉਣੀ ਸਟਾਰਟ ਹੋ ਜੂਗੀ ਅਤੇ ਬਹੁਤ ਵਧੀਆ ਇਨਕਮ ਆਉਣੀ ਸਟਾਰਟ ਹੁੰਦੀ ਹੈ, ਕੋਈ ਐਵੇਂ ਨਹੀਂ 400-500 ਰੁਪਏ ਆਉਂਦੀ ਹੈ। ਅਤੇ ਤੀਜੇ ਸਵਾਲ ਦੀ ਗੱਲ ਕਰੀਏ ਤਾਂ ਆਪਾਂ ਕਿਵੇਂ ਕਿਵੇਂ ਜਾਣ ਸਕਦੇ ਹਾਂ ਕਿ ਮੇਰੀ ਵੀਡੀਓ ਨੇ ਇੰਨੀ ਕਮਾਈ ਕੀਤੀ ਹੈ ਅਤੇ ਇੰਨੇ ਵਿਊ ਆਏ ਨੇ। ਦੋਸਤੋ ਇਹਨਾਂ ਦੇ ਪਲੇ ਸਟੋਰ ਵਿੱਚ ਜਾਊਂਗੇ ਜਦੋਂ ਇੱਕ ਯੂਟਿਊਬ ਸਟੂਡੀਓ ਨਾਂ ਦਾ ਇੱਕ ਐਪ ਮਿਲੂਗੀ ਜਿਸ ਵਿੱਚ ਜੋ ਆਪਾਂ ਯੂਟਿਊਬ 'ਤੇ ਚੈਨਲ ਬਣਾਇਆ ਉਸਨੂੰ ਉਸ ID ਥਰੂ ਹੀ ਓਪਨ ਕਰ ਲਾਂਗੇ। ਕਿਉਂਕਿ ਦੋਸਤੋ ਜਿਸ ਵਿੱਚ ਪੂਰੀ ਐਨਾਲਾਈਟਿਕ ਦਿੱਤੀ ਹੁੰਦੀ ਹੈ ਉਹਨਾਂ ਨੇ ਕਿ ਕਿੰਨੇ ਵਿਊ ਆਏ ਨੇ, ਕਿਹੜੀ ਉਮਰ ਦੇ ਲੋਕਾਂ ਨੇ ਇਹ ਵੀਡੀਓ ਦੇਖੀ ਹੈ, ਕਿੱਥੇ ਕਿੱਥੇ ਇਹ ਵੀਡੀਓਜ਼ ਦੇਖੀ ਹੈ, ਅਤੇ ਕਿੰਨੇ ਮਿੰਟ ਆਏ ਨੇ, ਕਿੰਨੇ ਮਿੰਟ ਕਿੰਨੇ ਘੰਟੇ ਇਹ ਵੀਡੀਓ ਲੋਕਾਂ ਨੇ ਦੇਖਿਆ, ਅਤੇ ਕਿੰਨਾ ਇਹਨਾਂ ਨੇ ਰੈਵਨਿਊ ਇਕੱਠਾ ਕੀਤਾ। ਉਹ ਡਾਊਨਲੋਡ ਕਰੋ ਅਤੇ ਰੋਜ਼ ਉਸਨੂੰ ਦੇਖੋ, ਮੈਂ ਕਹਿੰਦਾ ਹਫ਼ਤੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਉਸ ਐਪ ਦੀ ਪੂਰੀ ਜਾਣਕਾਰੀ ਆ ਜੂ। ਅਤੇ ਜੇਕਰ ਹੋਰ ਵੀ ਕੋਈ ਸਵਾਲ ਤੁਹਾਡੇ ਮਨ ਵਿੱਚ ਹੈ ਤਾਂ ਕਮੈਂਟ ਕਰੋ, ਮੈਂ ਨੈਕਸਟ ਜੋ ਵੀ ਆਪਣੀ ਵੀਡੀਓ ਬਣਾਵਾਂਗਾ ਤੁਹਾਡੇ ਸਵਾਲ ਦੇ ਅਕੋਰਡਿੰਗ ਬਣਾਉਂਦਾ ਰਹਾਂ ਮੈਂ। ਓਕੇ ਦੋਸਤੋ, ਥੈਂਕ ਯੂ।